ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਬਟਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਲਖਵੀਰ ਸਿੰਘ ਲੋਧੀ ਨਗਲ ਨੇ ਵਾਰਡ ਨੰਬਰ 5 ਵਿੱਚ 32 ਲੱਖ ਦੀ ਲਾਗਤ ਨਾਲ ਬਣਨ ਵਾਲੀ ਵਿਸ਼ਵਕਰਮਾ ਰੋਡ ਦਾ ਉਦਘਾਟਨ ਕੀਤਾ। ਨੌਜਵਾਨਾਂ ਦੇ ਲਈ ਜਿੰਮ ਦਾ ਉਦਘਾਟਨ ਵੀ ਕੀਤਾ ਗਿਆ। 500 ਪਰਿਵਾਰਾਂ ਨੂੰ ਨੀਲੇ ਕਾਰਡ ਵੰਡੇ ਗਏ ਨੇ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇੱਕ ਵਾਰ ਫਿਰ ਤੋਂ ਭਰੋਸਾ ਕਰਦੇ ਹੋਏ ਅਕਾਲੀ ਦਲ ਨੂੰ ਜਿੱਤ ਦਿਵਾਉਣ। ਲੋਕਾਂ ਨੇ ਵੀ ਜਿੱਤ ਦਾ ਭਰੋਸਾ ਦਿਵਾਇਆ। ਨਾ ਬਣ ਦਿੱਤਾ ਕਿ ਇਹ ਸਰਦਾਰ ਆ, ਅਸੀਂ ਪਸੰਦ ਨਹੀਂ ਕਰਦੇ। ਕੋਈ ਸਾਰੇ ਹਿੰਦੂ ਖਰਾਬ ਨਹੀਂ, ਮਾੜੇ ਨਹੀਂ। ਬੈਠੇ ਆ ਸਾਡੇ ਪ੍ਰਧਾਨ ਮੋਦੀ ਸਾਹਿਬ, ਮੋਡਰੇਟ ਹਿੰਦੂ ਨੇ, ਜਿਨ੍ਹਾਂ ਦੇ ਮਨ ਵਿੱਚ ਜਜ਼ਬਾ ਹੈ ਸ਼੍ਰੋਮਣੀ ਅਕਾਲੀ ਦਲ ਦਾ। ਸ਼੍ਰੋਮਣੀ ਅਕਾਲੀ ਦਲ ਸਾਰੀਆਂ ਜਾਤਾਂ ਜਮਾਤਾਂ ਦੀ ਸਾਂਝੀ ਪਾਰਟੀ ਆ। ਇਹ ਦਵਾਈ ਖੁਰਾਕ ਹੀ ਜਿੱਥੇ ਕੰਮ ਹੋਣ ਵਾਲੇ ਨਹੀਂ ਹੋ ਰਹੇ, ਜਿਹੜੀਆਂ ਬੜੀਆਂ ਗਲੀਆਂ ਨੇ ਉਹਨਾਂ ਦੇ ਬਿੱਲ ਪੈ ਰਹੇ ਨੇ, ਲੋਕਾਂ ਦਾ ਪੈਸਾ ਖਾਧਾ ਜਾ ਰਿਹਾ, ਲੋਕ ਰੋ ਰਹੇ ਨੇ। ਇਹ ਚੰਦ ਆਦਮੀ ਜਿਹੜੇ ਨੇ ਸਾਰੇ ਬੀਜੇਪੀ ਦੇ ਮਾਲਕ ਨਹੀਂ। ਆਵਾਮ ਸਿਆਣਾ ਆ, ਆਵਾਮ ਕਿਸੇ ਦੀ ਜੇਬ ਵਿੱਚ ਨਹੀਂ। ਅੱਜ ਸਾਰਾ ਹਿੰਦੂ ਸਮਾਜ ਤਕੜਾ ਹੋ ਕੇ ਸਾਡੇ ਨਾਲ ਤੁਰਿਆ, ਮੈਂ ਉਹਨਾਂ ਦਾ ਦਿਲੀ ਤੌਰ ਤੇ ਧੰਨਵਾਦ ਕਰਦਾ। ਅੱਜ ਪੋਸਟਰ ਛਾਪੀ ਫਿਰਦੇ ਨੇ ਕਿ ਮੈਨੂੰ ਸੁਪਨਾ ਆਇਆ ਮੈਂ ਬਟਾਲਾ ਨਵਾਂ ਨਵੇਲਾ ਬਣਾਉਣਾ। ਦੱਸੋ, ਨਿਆਣੇ ਜੰਮ ਕੇ ਵਿਆਹ ਗਏ, ਗਾਂ ਨਿਆਣੇ ਵਾਲੇ ਹੋ ਗਏ, ਤੀਜੀ ਪੀੜ੍ਹੀ ਚੱਲ ਪਈ ਹੈ ਕੋਲ ਦੇ ਵਿੱਚ, ਰਾਜ ਭਾਗ ਕੋਲ ਰਿਹਾ ਤੇ ਸੁਪਨਾ ਹੁਣ ਆਇਆ। ਮੈਂ ਪਰਸੋਂ ਪੁੱਛਣ ਡਿਆ ਸੀ ਉੱਥੇ, ਇੱਕ ਸੁਪਨਾ ਆ ਗਿਆ, ਇੱਕ ਪੋਸਟਰ ਬਣਦਾ ਫਿਰਦਾ। ਉਹ ਆਂਦੇ ਅਸੀਂ ਨਿਆਣਿਆਂ ਦੇ ਡੈਪਰ ਵਲੇਟ ਕੇ ਉਹਦਾ ਪੋਸਟਰ ਤੇ ਸੁੱਟ ਦਿੰਦੇ ਹਾਂ। ਤੇ ਜੇ ਇੱਕ ਵਾਰਾ ਦੇਸ਼ ਮੋਦੀ ਦੇ ਹਵਾਲੇ ਕੀਤਾ ਜਾ ਸਕਦਾ, ਬੇਨਤੀ ਕਰਦਾ, ਮੈਂ ਇੱਕੋ ਹੀ ਮੌਕਾ ਤੁਹਾਡੇ ਕੋਲ ਮੰਗਦਾ, ਸਿਰਫ ਇੱਕੋ ਹੀ। ਜੇ ਇੱਕੋ ਮੌਕੇ ਤੇ ਬਟਾਲੇ ਦੀ ਬੈਸਟ ਪੋਜੀਸ਼ਨ ਨਾ ਬਣਾ ਦਿਆ, ਜੇ ਸਾਰੇ ਪੰਜਾਬ ਦੇ ਸ਼ਹਿਰਾਂ ਵਿੱਚੋਂ ਬਟਾਲਾ ਲਿਸ਼ਕ ਲਿਸ਼ਕ ਕੇ ਨਾ ਲਿਸ਼ਕਾ ਮਾਰੇ, ਤੇ ਦੂਜੀ ਵਾਰਾ ਦਾਸ ਨੂੰ ਵੋਟ ਨਾ ਪਾਇਓ, ਮੈਂ ਤੈਨੂੰ ਕਹਿ ਦਿੰਦਾ। ਔਰ ਜੋ ਇਹ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਇੱਕ ਵਾਰਡ ਵਿੱਚ ਇਕੱਠੇ ਹੋਏ ਨੇ, ਇਹਨਾਂ ਭਾਰੀ ਤਾਦਾਦ ਵਿੱਚ ਤੁਸੀਂ ਕਲੈਪ ਦਿੱਤਾ ਆ, ਜੋ ਬੀਬੀਆਂ ਇਕੱਠੀਆਂ ਹੋਈਆਂ ਨੇ ਘਰ ਦਾ ਰੋਟੀ ਪਾਣੀ ਛੱਡ ਕੇ, ਤੁਸੀਂ ਸਹੀ ਜੇ ਇਹ ਤੋਂ ਅੰਦਾਜ਼ਾ ਲਾ ਸਕਦੇ ਜੀ ਕਿ ਲੋਕਾਂ ਦਾ ਕੀ ਮਨ ਹੈ। ਲੋਕਾਂ ਨੇ ਫੈਸਲਾ ਕਰ ਲਿਆ ਕਿ ਸਾਨੂੰ ਬਾਦਲ ਦੀ ਸਰਕਾਰ ਤੋਂ ਵੱਧ ਕਿਤਿਓਂ ਕੋਈ ਸੁੱਖ ਆਰਾਮ ਤੇ ਸਹੂਲਤਾਂ ਨਹੀਂ ਮਿਲ ਸਕਦੀਆਂ। ਲੋਕਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਪੂਰਾ ਜ਼ੋਰ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਦਾਸ ਨੂੰ ਭਾਰੀ ਬਹੁਮਤ ਦੇ ਨਾਲ ਅਸੈਂਬਲੀ 'ਚ ਭੇਜਣਗੇ। ਮੈਂ ਇੱਕ ਬੇਨਤੀ ਕਰਦਾ ਜੀ, ਵੀ ਵੇਖੋ, ਪਹਿਲੀ ਤਾਂ ਗੱਲ ਆ ਵੀ ਜਿਹੜਾ ਲੋਕਲ ਕੁਛ ਇੱਕ ਬੰਦਿਆਂ ਦਾ ਆਪਸੀ ਅਲਾਇੰਸ ਆ, ਉਹ ਤਾਂ ਤੁਹਾਡੇ ਸਾਹਮਣੇ ਆ। ਬਾਕੀ ਜਿੱਥੋਂ ਤੱਕ ਪਾਰਟੀਆਂ ਦੇ ਅਲਾਇੰਸ ਦਾ ਤਲਕ ਆ, ਅਸੀਂ ਪਾਰਟੀ ਟੂ ਪਾਰਟੀ ਅਲਾਇੰਸ ਆ, ਨਾ ਕਿ ਮੈਨ ਟੂ ਮੈਨ ਅਲਾਇੰਸ ਆ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।